ਆਪਾਂ ਬਹੁਤ ਸਾਰੇ ਫਰੋਡ ਦੇਖਦੇ ਹਾਂ ਭਾਈ, ਇਦਾਂ ਕਰਕੇ ਐਂ ਹੋ ਜੂ, ਇਦਾਂ ਕਰਕੇ ਆਹ ਕਰ ਲਾਂਗੇ। ਕਹਿੰਦੇ ਇੱਕ ਫਰੋਡ ਇਦਾਂ ਦਾ ਵੀ ਸਾਹਮਣੇ ਆਇਆ, ਉਹਦੇ 'ਚ ਇਹੀ ਕਹਿੰਦੇ ਕਿ ਤੈਨੂੰ ਜਵਾਨ ਬਣਾ ਦਾਂਗੇ, ਬੁੱਢੇ ਤੋਂ ਜਵਾਨ ਬਣਾ ਦਾਂਗੇ ਅਤੇ ਸਾਨੂੰ ਪੈਸੇ ਪੂਸੇ ਦੇ, ਔਰ ਇਸ ਚੱਕਰ ਦੇ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰ ਗਿਆ। ਗੱਲ ਇਹ ਆ ਕਿ ਫਿਰ ਸ਼ਾਰਟਕੱਟ, ਜਦੋਂ ਦੁਨੀਆ ਸ਼ਾਰਟਕੱਟ 'ਚ, ਉਹਨਾਂ ਨੂੰ ਗੱਲ ਕੀ ਆ ਕਿ ਬਿਮਾਰੀ ਵੀ ਚੁਟਕੀਆਂ 'ਚ ਠੀਕ ਹੋਣੀ ਚਾਹੀਦੀ ਆ, ਸਿੱਖ ਸਾਹਿਬ ਵੀ ਉਹਨਾਂ ਦੇ ਚੁਟਕੀਆਂ 'ਚ ਬਣ ਜਾਣੇ ਚਾਹੀਦੇ ਆ, ਸਹੀ ਹੈ। ਹੁਣ ਉਹ ਜਵਾਨ ਦਿਖਣਾ ਵੀ ਉਹ ਚੁਟਕੀਆਂ 'ਚ ਸਟਾਰਟ ਕਰ ਦੇਣਾ। ਸਰ ਮੇਰੇ ਪਿੰਡ ਆਇਓ ਕਿਤੇ, 45 ਸਾਲ ਦਾ ਮੁੰਡਾ ਤੁਹਾਨੂੰ ਮੈਂ ਖੇਡਦਾ ਦਿਖਾਊਂਗਾ, ਮੇਰੇ ਤੋਂ 2 ਸਾਲ ਛੋਟਾ ਹੈ, ਪਿੰਡ ਮਲੋਟ ਦਾ, ਕਈ ਵਾਰ ਸਾਡੇ ਪਿੰਡ ਖੇਡਣ ਜਾਂਦਾ, ਮੈਂ ਤੁਹਾਡੇ ਸਾਹਮਣੇ ਇੱਥੇ ਬਿਠਾ ਦੇਵਾਂ, ਕੋਈ ਬੰਦਾ ਜੱਜ ਨਹੀਂ ਕਰ ਸਕਦਾ ਕਿ 25-30 ਤੋਤੇ ਹੋਏਗਾ। ਅੱਜ ਵੀ ਸਮੈਸ਼ ਨਾ ਟੋਆ ਪਾ ਦਿੰਦਾ ਉਹ, ਚੰਗੀ ਟਿਕਾਣੇ ਵੱਜ ਜਾਵੇ ਤਾਂ ਉਹਨੇ ਕੋਈ ਕੋਈ ਆਹ ਕਰਾਇਆ ਕੁਛ, ਜਿਸ ਰਸਤੇ ਤੁਰ ਪਏ ਉਹਨੇ ਲਗਾਤਾਰ 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 ਗੇਮ ਖੇਡੀ ਹੈ, ਆਪਣੇ ਆਪ ਨੂੰ ਫਿੱਟ ਰੱਖਿਆ ਸਰ। ਤਾਂ ਸ਼ਾਰਟਕੱਟ ਤਾਂ ਫਿਰ ਹੁਣ ਮਤਲਬ ਕਿ ਮੈਂ ਵੀ ਕਰ ਸਕਦਾ ਜੀ ਕਿ ਸਾਡਾ ਥੋਥੜ ਹੋਏ ਪਏ ਆ, ਉਹ ਆਪਰੇਸ਼ਨ ਕਰਾ ਲਓ ਜੀ, ਆਹ ਕਰਾ ਲਓ, ਉਹ ਕਰਾ ਲਓ, ਸਰਜਰੀਆਂ ਹੈਗੀਆਂ ਅੱਜ ਕੱਲ੍ਹ, ਬਥੇਰਾ ਕੁਛ ਹੁੰਦਾ, ਪਰ ਅੰਤ ਫੈਟ ਬਰਨਰ ਖਾ ਲਓ, ਬਥੇਰਾ ਕੁਛ ਹੈ ਸਾਹਿਬ। ਤਾਂ ਇੱਕ ਉਹਦੀ ਗੇਮ ਹੈ, ਇੱਕ ਉਹਦੀ ਮਿਹਨਤ ਆ, ਇੱਕ ਸ਼ਾਰਟਕੱਟ ਆ, ਜਿਹੜਾ ਮਰਜ਼ੀ ਚੁਣ ਲਓ ਸਾਹਿਬ। ਤਾਂ ਇੱਥੇ ਕੀ ਆ, ਇਸੇ ਸ਼ਾਰਟਕੱਟ ਵਾਲੀ ਜਿਹੜੀ ਪ੍ਰਵਿਰਤੀ, ਉਸਨੂੰ ਉਹਨਾਂ ਨੇ ਕੈਸ਼ ਕੀਤਾ, ਬਿਲਕੁਲ ਕਹਿ ਦਿੱਤਾ ਕਿ ਇਜ਼ਰਾਈਲ ਦੀ ਤਕਨੀਕ ਆ, ਇਜ਼ਰਾਈਲ ਦੀ ਮਸ਼ੀਨ ਲੈ ਕੇ ਆ, 20 ਕਰੋੜ ਦੀ ਮਸ਼ੀਨ ਆ, 65 ਸਾਲ ਦੇ, 35 ਸਾਲ ਦੇ ਹੋ ਜਾਓਗੇ, ਕਿਉਂਕਿ ਕੁਛ ਕਹਿ ਲਓ ਕਿ ਸਰੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਿ ਸ਼ੁੱਧ ਆਕਸੀਜਨ ਦੇਵਾਂਗੇ ਇਸ ਮਸ਼ੀਨ ਰਾਹੀਂ। 2 ਪੈਕ ਬਣਾ ਦਿੱਤੇ, 6,000 ਦਾ, 90,000 ਦਾ, ਅਤੇ ਗਾਹ ਮਾਰਕੀਟਿੰਗ ਜਿਸ ਤਰ੍ਹਾਂ ਕਰਦੇ ਆ, ਚੇਨ ਸਿਸਟਮ ਬਣਾ ਦਿੱਤਾ ਕਿ ਗਾਹਕ ਲਿਆਓ ਅਤੇ ਕਮਿਸ਼ਨ ਪਾਓ, ਅਤੇ ਦੁਨੀਆ ਬੋਲੀ ਆ ਲੱਗ ਪਏ ਬਣਾਉਣ ਕਿ ਇੱਧਰ ਆਓ ਇੱਧਰ ਆਓ, ਇੱਕ ਦੇ ਨਾਲ ਇੱਕ ਫਰੀ ਕਰਕੇ ਇਕੱਠਾ 1 ਕਰੋੜ ਰੁਪਈਆ, ਸ਼ਾਇਦ ਲਖਨਊ ਦੀ ਗੱਲ ਆ ਕਿ ਯੂਪੀ ਦੀ ਗੱਲ ਆ, ਪਤਾ ਨਹੀਂ ਕਿਹੜੇ ਸ਼ਹਿਰ ਦੀ, ਕਾਨਪੁਰ ਦੀ ਹੈ ਸ਼ਾਇਦ, ਅਤੇ ਉਹ ਟਿੱਪ ਗਏ ਆ। ਹੁਣ ਉਹੀ ਗੱਲ ਆ, ਜਿਹੜੇ ਵਿਚਾਰੇ ਪਰਲ ਵਾਲੇ, ਜਵਾਨੀ ਤਾਂ ਕੀ ਆਉਣੀ ਸੀ, ਹੁਣ ਜਵਾਨੀ ਕਾਹਦੀ ਆਉਣੀ ਆ, ਘਰੋਂ ਘਰੋਂ ਗਾਲਾਂ ਪੈਂਦੀਆਂ ਹੋਣੀਆਂ ਵੀ ਜਿਹੜਾ ਜਮਾ ਪੂੰਜੀ ਜਿਹੜਾ ਛੱਲੀ ਪੂਣੀ ਸੀ ਨਖੱਤਿਆ, ਉਹ ਤੋਂ ਖਵਾ ਆਇਆ ਜਵਾਨ ਬਣਨ ਦੇ ਚੱਕਰ 'ਚ, ਇਹਦੇ ਨਾਲ ਤਾਂ ਬੁੱਢਾ ਹੀ ਰਹਿੰਦਾ, ਚੰਗੀ ਗੱਲ ਸੀ, ਹੋਰ 5 ਸਾਲ ਕੱਟ ਜਾਂਦਾ। ਸਹੀ ਗੱਲ ਹੈ, ਹੁਣ ਤਾਂ ਅੱਧਿਆਂ ਨੇ ਊਂ ਹੀ ਦਿਲ ਛੱਡ ਜਾਣਾ ਇਸ ਉਮਰ 'ਚ ਸਰ, ਝਟਕੇ ਘੱਟ ਸਹਿੰਦਾ ਦਿਲ ਜੀ ਬੱਚੋ। ਹਾਂ ਉਮਰ, ਮੈਂ ਚਲੋ ਐਡਾ ਕੋਈ ਵਿਦਵਾਨ ਨਹੀਂ ਹੈ, ਇਸ ਮਾਮਲੇ 'ਚ ਐਕਸਪਰਟ ਨਹੀਂ ਹੈ, ਉਮਰ ਆਪਦੀ ਠੀਕ ਆ, ਹਰੇਕ ਨੂੰ ਚਾਅ ਹੁੰਦਾ, ਸਾਨੂੰ ਵੀ ਚਾਅ ਆ ਜੀ, ਅਤੇ ਅਸੀਂ ਅਸੀਂ ਕਹਿ ਲਓ ਕਿ ਪੂਰੇ ਦਾਅਵੇ ਨਾਲ ਕਹਿ ਸਕਦੇ ਕਿ ਅਸੀਂ ਉਸ ਗੱਲ 'ਚ ਕਾਮਯਾਬ ਵੀ ਹਾਂ, ਪਰ ਉਹ ਚੀਜ਼ ਖੋਜਣੀ ਪੈਂਦੀ ਹੈ ਬਿਲਕੁਲ, ਉਹ ਮਿਹਨਤ ਕਿਤੇ ਮਤਲਬ ਕਿ ਦੱਸੀਏ, 3 ਘੰਟੇ ਦਿੰਦੇ ਹਾਂ ਬੋਡੀ ਨੂੰ ਜੀ। ਉਮਰ ਮੇਰੀ ਵੀ ਆਪਦੇ ਹਾਣੀਆਂ ਨਾਲੋਂ ਮੈਂ ਛੋਟਾ ਲੱਗਦਾ, ਬੇਸ਼ੱਕ ਆਪਦੇ ਹਾਣੀਆਂ ਨਾਲੋਂ ਛੋਟਾ ਲੱਗਦਾ, ਪਰ ਮੇਰੀ ਆਪਦੀ ਖੁਰਾਕ, ਮੇਰਾ ਤਿਆਗ ਤੇ ਮੇਰੀ ਮਿਹਨਤ ਯਾਰ, ਉਹ ਵੀ ਵੇਖੋ ਬਿਲਕੁਲ ਜੀ ਬਿਲਕੁਲ, ਉਹ ਦੇਖੋ। ਤੇ ਤੁਸੀਂ ਕੀ ਕਹਿ ਰਹੇ ਹੋ ਕਿ ਇੱਕ ਚੈਂਬਰ 'ਚ ਵੜੀਏ, ਭਾਫਾਂ ਪਈਆਂ ਆਉਣ ਜੀ, ਤੇ ਬਾਈ ਉਹ ਸਾਹਿਬ ਲਾਜ ਹੋ ਜਾਏ ਜਦੋਂ ਨਿਕਲੀਏ, ਤੇ ਉਹ ਕਹਿੰਦੇ ਗੁਰ ਗੁਰ ਗੁਰ, 25-25 ਸਾਲ ਦਾ ਬੱਚਾ ਹੈ, ਕਿਆ ਬਾਤ ਹੈ, ਕਿਆ ਬਾਤ, ਇੱਦਾਂ ਨਹੀਂ ਸਰ, ਇੱਦਾਂ ਨਹੀਂ, ਇੱਦਾਂ ਤੁਸੀਂ ਟਾਈਮ ਵੀ ਵੇਸਟ ਕਰ ਰਹੇ ਹੋ, ਆਪਦੀ ਮਨੀ ਵੀ ਵੇਸਟ ਕਰ ਰਹੇ ਜੀ। ਜੀ ਅਮਨ ਪੰਨੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ।